ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਰੁਝਾਨ ਆਣੇ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਤੱਕ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਇੰਡੀਆ ਗੱਠਜੋੜ 30 ਸੀਟਾਂ ਦੇ ਉੱਤੇ ਅੱਗੇ ਜਾਂਦਾ ਦਿਖਾਈ ਦੇ ਰਿਹਾ ਹੈ ਤੇ ਭਾਜਪਾ 24 ਸੀਟਾਂ ਦੇ ਉੱਤੇ ਅੱਗੇ ਜਾ ਰਹੀ ਹੈ ਇਸੇ ਵਿਚਾਰ ਜੇਕਰ ਗੱਲ ਕੀਤੀ ਜਾਵੇ ਹਰਿਆਣਾ ਦੀ ਤਾਂ ਹਰਿਆਣਾ ਦੇ ਵਿੱਚ ਭਾਜਪਾ 17 ਸੀਟਾਂ ਤੇ ਅੱਗੇ ਜਦਕਿ ਕਾਂਗਰਸ 43 ਸੀਟਾਂ ਤੇ ਅੱਗੇ ਹੈ ਤਾਂ ਤਾਜ਼ਾ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਨਤੀਜੇ ਜੋ ਨੇ ਉਹ ਐਲਾਨੇ ਜਾਣੇ ਨੇ ਤੇ ਇਸੇ ਵਿਚਕਾਰ ਹੁਣ ਵੱਡੀ ਖਬਰ ਤੁਹਾਨੂੰ ਦਿੱਤੀ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਆਖਰ ਕਿਸ ਦੀ ਸਰਕਾਰ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਬਣੇਗੀ ਤਾਂ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਨਿਊਜ਼ 18 ਦੇ ਉੱਤੇ ਐਕਸਕਲੂਸਿਵ ਜਾਣਕਾਰੀ ਦੇ ਰਿਹਾ ਸਟੀਕ ਨਤੀਜੇ ਤੁਹਾਨੂੰ ਦੱਸ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਇੰਡੀਆ ਗੱਠਜੋੜ 30 ਸੀਟਾਂ ਦੇ ਉੱਤੇ ਅੱਗੇ ਹੈ ਜਦਕਿ ਭਾਜਪਾ 24 ਸੀਟਾਂ ਦੇ ਉੱਤੇ ਅੱਗੇ ਉੱਥੇ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ 42 ਸੀਟਾਂ ਦੇ ਉੱਤੇ ਕਾਂਗਰਸ ਅੱਗੇ ਹੈ ਤੇ 16 ਤੋਂ 17 ਸੀਟਾਂ ਦੇ ਉੱਤੇ ਭਾਜਪਾ ਜੋ ਹੈ ਉਹ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ ਤਾਂ ਇਸੇ ਵਿਚਕਾਰ ਜੇਕਰ ਗੱਲ ਕੀਤੀ ਜਾਵੇ ਉਮੀਦਵਾਰਾਂ ਦੀ ਤਾਂ ਗਨੌਰ ਤੋਂ ਆਜ਼ਾਦ ਉਮੀਦਵਾਰ ਦਵਿੰਦਰ ਕਾਦਿਆਨ ਅੱਗੇ ਦਿਖਾਈ ਦੇ ਰਹੇ ਨੇ ਤੇ ਕਾਂਗਰਸ ਦੇ ਉਮੀਦਵਾਰ ਕੁਲਦੀਪ ਸ਼ਰਮਾ ਪਿੱਛੇ ਨੇ ਜੁਲਾਨਾ ਸੀਟ ਦੀ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਤੋਂ ਕਾਂਗਰਸ ਦੀ ਉਮੀਦਵਾਰ ਵਿਨੇਸ਼ ਫੋਗਾਟ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਸੀਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਉਮੀਦਵਾਰ ਅਨਿਲ ਵਿੱਚ ਅੱਗੇ ਨੇ ਹਰਿਆਣਾ ਦੀ ਹੋਟਲ ਸੀਟ ਤੋਂ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਉਦੇਪਾਨ ਅੱਗੇ ਨੇ ਐਲਾਬਾਦ ਤੋਂ ਇਨੈਲੋ ਦੇ ਅਵੇ ਚਟਾਲਾ ਅੱਗੇ ਨੇ ਪੰਚਕੂਲਾ ਤੋਂ ਭਾਜਪਾ ਦੇ ਗਿਆਨ ਚੰਦ ਗੁਪਤਾ ਅੱਗੇ ਚੱਲ ਰਹੇ ਨੇ ਕਾਂਗਰਸ ਦੇ ਚੰਦਰਮੋਹਨ ਬਿਸ਼ਨੋਈ ਪਿੱਛੇ ਚੱਲ ਰਹੇ ਨੇ ਵਿਵਾਦਿਆ 3 ਸੀਟਾਂ ਤੇ ਕਾਂਗਰਸ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ ਤਾਂ ਹਰਿਆਣਾ ਤੇ ਜੰਮੂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਹਰਿਆਣਾ ਦੀਆਂ 42 ਸੀਟਾਂ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਅੱਗੇ ਹੈ ਜਦਕਿ ਭਾਜਪਾ 17 ਸੀਟਾਂ ਦੇ ਉੱਤੇ ਹੀ ਅੱਗੇ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਐਗਜ਼ਿਟ ਪੋਲ ਦੀ ਤਾਂ ਐਗਜ਼ਿਟ ਪੋਲ ਦੇ ਵਿੱਚ ਹਰਿਆਣਾ ਦੇ ਵਿੱਚ ਪੂਰਨ ਬਹੁਮਤ ਦੀ ਕਾਂਗਰਸ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਸੀ 55 ਤੋਂ 60 ਸੀਟਾਂ ਦਾ ਅੰਕੜਾ ਦਿਖਾਇਆ ਗਿਆ ਸੀ ਤਾਂ 42 ਸੀਟਾਂ ਦੇ ਉੱਤੇ ਕਾਂਗਰਸ ਅੱਗੇ ਹੈ ਤੇ 17 ਸੀਟਾਂ ਦੇ ਉੱਤੇ ਭਾਜਪਾ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ ਉੱਥੇ ਜੇਕਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਧਾਰਾ 370 ਹਟਣ ਤੋਂ ਬਾਅਦ ਪਹਿਲੀਆਂ ਇਲੈਕਸ਼ਨਾਂ ਨੇ ਵਿਧਾਨ ਸਭਾ ਦੀਆਂ ਤੇ ਉੱਥੇ ਜੋ ਹੈ ਇੰਡੀਆ ਗੱਟ ਜੋੜ 30 ਸੀਟਾਂ ਦੇ ਉੱਤੇ ਅੱਗੇ ਪਹੁੰਚ ਚੁੱਕਾ ਹੈ ਜਦਕਿ ਜੋ ਭਾਜਪਾ ਉਹ 24 ਸੀਟਾਂ ਦੇ ਉੱਤੇ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਰੁਝਾਨ ਆਣੇ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਤੱਕ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਇੰਡੀਆ ਗੱਠਜੋੜ 30 ਸੀਟਾਂ ਦੇ ਉੱਤੇ ਅੱਗੇ ਜਾਂਦਾ ਦਿਖਾਈ ਦੇ ਰਿਹਾ ਹੈ ਤੇ ਭਾਜਪਾ 24 ਸੀਟਾਂ ਦੇ ਉੱਤੇ ਅੱਗੇ ਜਾ ਰਹੀ ਹੈ ਇਸੇ ਵਿਚਕਾਰ ਜੇਕਰ ਗੱਲ ਕੀਤੀ ਜਾਵੇ ਹਰਿਆਣਾ ਦੀ ਤਾਂ ਹਰਿਆਣਾ ਦੇ ਵਿੱਚ ਭਾਜਪਾ 17 ਸੀਟਾਂ ਤੇ ਅੱਗੇ ਜਦਕਿ ਕਾਂਗਰਸ 43 ਸੀਟਾਂ ਤੇ ਅੱਗੇ ਹੈ ਤਾਂ ਤਾਜ਼ਾ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਨਤੀਜੇ ਜਿਉਂ ਨੇ ਉਹ ਐਲਾਨੇ ਜਾਣੇ ਨੇ ਤੇ ਇਸੇ ਵਿਚਕਾਰ ਹੁਣ ਵੱਡੀ ਖਬਰ ਤੁਹਾਨੂੰ ਦਿੱਤੀ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ ਆਖਰ ਕਿਸ ਦੀ ਸਰਕਾਰ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਬਣੇਗੀ ਤਾਂ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਨਿਊਜ਼ 18 ਦੇ ਉੱਤੇ ਐਕਸਕਲੂਸਿਵ ਜਾਣਕਾਰੀ ਦੇ ਰਿਹਾ ਸਟੀਕ ਨਤੀਜੇ ਤੁਹਾਨੂੰ ਦੱਸ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਇੰਡੀਆ ਗੱਠਜੋੜ 30 ਸੀਟਾਂ ਦੇ ਉੱਤੇ ਅਗਿਆ ਜਦਕਿ ਭਾਜਪਾ 24 ਸੀਟਾਂ ਦੇ ਉੱਤੇ ਅੱਗੇ ਉੱਥੇ ਜੇਕਰ ਹਰਿਆਣੇ ਦੀ ਗੱਲ ਕੀਤੀ ਜਾਵੇ ਤਾਂ 42 ਸੀਟਾਂ ਦੇ ਉੱਤੇ ਕਾਂਗਰਸ ਅੱਗੇ ਹੈ ਤੇ 16 ਤੋਂ 17 ਸੀਟਾਂ ਦੇ ਉੱਤੇ ਭਾਜਪਾ ਜੋ ਹੈ ਉਹ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ ਤਾਂ ਇਸੇ ਵਿਚਕਾਰ ਜੇਕਰ ਗੱਲ ਕੀਤੀ ਜਾਵੇ ਉਮੀਦਵਾਰਾਂ ਦੀ ਤਾਂ ਗਨੌਰ ਤੋਂ ਆਜ਼ਾਦ ਉਮੀਦਵਾਰ ਦਵਿੰਦਰ ਕਾਦਿਆਨ ਅੱਗੇ ਦਿਖਾਈ ਦੇ ਰਹੇ ਨੇ ਤੇ ਕਾਂਗਰਸ ਦੇ ਉਮੀਦਵਾਰ ਕੁਲਦੀਪ ਸ਼ਰਮਾ ਪਿੱਛੇ ਨੇ ਜੁਲਾਨਾ ਸੀਟ ਦੀ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਤੋਂ ਕਾਂਗਰਸ ਦੀ ਉਮੀਦਵਾਰ ਵਿਨੇਸ਼ ਫੋਗਾਟ ਅੱਗੇ ਚੱਲ ਰਹੇ ਨੇ ਅੰਬਾਲਾ ਕੈਂਟ ਸੀਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਉਮੀਦਵਾਰ ਅਨਿਲ ਵਿੱਚ ਅੱਗੇ ਨੇ ਹਰਿਆਣਾ ਦੀ ਹੋਟਲ ਸੀਟ ਤੋਂ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਉਦੇਪਾਨ ਅੱਗੇ ਨੇ ਐਲਾਬਾਦ ਤੋਂ ਇਨੈਲੋ ਦੇ ਅਬੇ ਚਟਾਲਾ ਅੱਗੇ ਨੇ ਪੰਚਕੂਲਾ ਤੋਂ ਭਾਜਪਾ ਦੇ ਗਿਆਨ ਚੰਦ ਗੁਪਤਾ ਅੱਗੇ ਚੱਲ ਰਹੇ ਨੇ ਕਾਂਗਰਸ ਦੇ ਚੰਦਰਮੋਹਨ ਬਿਸ਼ਨੋਈ ਪਿੱਛੇ ਚੱਲ ਰਹੇ ਨੇ ਵਿਵਾਦਿਆ 3 ਸੀਟਾਂ ਤੇ ਕਾਂਗਰਸ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ ਤਾਂ ਹਰਿਆਣਾ ਤੇ ਜੰਮੂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਨੇ ਹਰਿਆਣਾ ਦੀਆਂ 42 ਸੀਟਾਂ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਅੱਗੇ ਹੈ ਜਦਕਿ ਬੀਜੇਪੀ 17 ਸੀਟਾਂ ਦੇ ਉੱਤੇ ਹੀ ਅੱਗੇ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਐਗਜ਼ਿਟ ਪੋਲ ਦੀ ਤਾਂ ਐਗਜ਼ਿਟ ਪੋਲ ਦੇ ਵਿੱਚ ਹਰਿਆਣਾ ਦੇ ਵਿੱਚ ਪੂਰਨ ਬਹੁਮਤ ਦੀ ਕਾਂਗਰਸ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਸੀ 55 ਤੋਂ 60 ਸੀਟਾਂ ਦਾ ਅੰਕੜਾ ਦਿਖਾਇਆ ਗਿਆ ਸੀ ਤਾਂ 42 ਸੀਟਾਂ ਦੇ ਉੱਤੇ ਕਾਂਗਰਸ ਅੱਗੇ ਹੈ ਤੇ 17 ਸੀਟਾਂ ਦੇ ਉੱਤੇ ਭਾਜਪਾ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ ਉੱਤੀ ਜੇਕਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਧਾਰਾ 370 ਹਟਣ ਤੋਂ ਬਾਅਦ ਪਹਿਲੀਆਂ ਇਲੈਕਸ਼ਨਾਂ ਨੇ ਵਿਧਾਨ ਸਭਾ ਦੀਆਂ ਤੇ ਉੱਥੇ ਜੋ ਹੈ ਇੰਡੀਆ ਗੱਟ ਜੋੜ 30 ਸੀਟਾਂ ਦੇ ਉੱਤੇ ਅੱਗੇ ਪਹੁੰਚ ਚੁੱਕਾ ਹੈ ਜਦਕਿ ਜੋ ਭਾਜਪਾ ਉਹ 24 ਸੀਟਾਂ ਦੇ ਉੱਤੇ ਅੱਗੇ ਜਾਂਦੀ ਦਿਖਾਈ ਦੇ ਰਹੀ ਹੈ